ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਅਮਨ ਚੰਦ ਬਲੌਗਸ। ਅਤੇ ਮੈਂ ਹੋਪ ਕਰਦਾ ਤੁਸੀਂ ਸਾਰੇ ਵੈਲ ਐਂਡ ਗੁੱਡ ਹੋਵੋਗੇ ਅਤੇ COVID-19 ਤੋਂ ਆਪਣਾ ਬਚਾਅ ਕਰਕੇ ਰੱਖ ਰਹੇ ਹੋਵੋਗੇ। ਅਤੇ ਅੱਜ ਚਲੋ ਜੀ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅਤੇ ਅੱਜ ਦਾ ਜਿਹੜਾ ਮੇਰਾ ਮੇਨ ਟੌਪਿਕ ਆ ਉਹ ਹੈਗਾ ਵੀ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੀਆਂ ਫਾਈਲਾਂ ਜਿਨ੍ਹਾਂ ਨੇ ਲਾਈਆਂ ਸੀ ਜਨਵਰੀ ਫਰਵਰੀ 2020 ਦੇ ਵਿੱਚ ਅਤੇ ਮਾਰਚ ਵਿੱਚ, ਅਤੇ ਜਿਨ੍ਹਾਂ ਦੇ ਹਲੇ ਤੱਕ ਰਿਜ਼ਲਟ ਨਹੀਂ ਆਏ। ਅਤੇ ਜਦੋਂ ਉਹਨਾਂ ਨੇ ਆਪਣੇ ਕੈਪਸ ਨੋਟ ਦੇ ਵਿੱਚ GCMC ਨੋਟਸ ਜਿਨ੍ਹਾਂ ਨੂੰ ਕਹਿੰਦੇ ਆਪਾਂ ਉਹ ਅਪਲਾਈ ਕਰੇ ਅਤੇ ਉਹਨਾਂ ਦੇ ਵਿੱਚ ਰਿਕਮੈਂਡਡ ਇੰਟਰਵਿਊ ਆਇਆ, ਉਹਨਾਂ ਬਾਰੇ ਅੱਜ ਗੱਲ ਕਰਾਂਗੇ। ਅਗਰ ਤਾਂ ਤੁਹਾਨੂੰ ਮੇਰੀ ਵੀਡੀਓ ਇਨਫੋਰਮੇਟਿਵ ਲੱਗਦੀ ਹੈ ਤਾਂ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਮੈਂ ਆਪਣੇ ਚੈਨਲ 'ਤੇ ਵੱਧ ਤੋਂ ਵੱਧ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਵਾਂ, ਅਤੇ ਵਿਦਾਊਟ ਇਨਫੋਰਮੇਟਿਵ ਵੀਡੀਓਜ਼ ਨਾ ਮੈਂ ਆਪਣੇ ਚੈਨਲ 'ਤੇ ਪੋਸਟ ਕਰਾਂ ਅਤੇ ਨਾ ਹੀ ਕੋਈ ਝੂਠੀ ਪੋਸਟ ਕਰਾਂ। ਸੈਕਿੰਡਲੀ, ਅੱਜ ਆਪਾਂ ਗੱਲ ਕਰਨੀ ਹੈ ਰਿਜ਼ਲਟ ਦੇ ਸਿਨੈਰੀਓ ਦੇ ਰਿਗਾਰਡਿੰਗ ਵੀ ਅੱਜ ਦੇ ਰਿਜ਼ਲਟ ਨੇ ਜਿਹੜੇ ਉਹ ਕਿੱਦਾਂ ਦੇ ਚੱਲ ਰਹੇ ਨੇ, ਰਿਜ਼ਲਟ ਪੋਜ਼ਿਟਿਵ ਵੱਲ ਜਾ ਰਹੇ ਨੇ ਜਾਂ ਨੈਗੇਟਿਵ ਵੱਲ ਜਾ ਰਹੇ ਹੈ ਕਿੱਦਾਂ ਨੇ। ਸੋ ਵੀਡੀਓ ਨੂੰ ਆਪਾਂ ਜ਼ਿਆਦਾ ਲੰਬੀ ਨਾ ਕਰਦੇ ਹੋਏ ਆਪਾਂ ਅੱਗੇ ਗੱਲ ਕਰਦੇ ਹਾਂ ਜੋ ਆਪਣੇ ਟੌਪਿਕ ਨੇ। ਫਸਟ ਆਫ ਆਲ ਪਹਿਲਾਂ ਗੱਲ ਕਰਾਂਗੇ ਆਪਾਂ ਰਿਕਮੈਂਡਡ ਇੰਟਰਵਿਊ ਵਾਲਿਆਂ ਲਈ। ਮੈਂ ਦੇਖਦਾ ਵੀ ਕਾਫੀ ਟਾਈਮ ਤੋਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਦੀ ਫਾਈਲਸ ਲੱਗੀ ਹੋਈਆਂ 2020 ਦੀਆਂ, ਜਿਨ੍ਹਾਂ ਕੈਨੇਡਾ ਦੀਆਂ ਅਤੇ ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਦੀਆਂ, ਜਿਨ੍ਹਾਂ ਦੇ ਰਿਜ਼ਲਟ ਹਲੇ ਤੱਕ ਨਹੀਂ ਆਏ। ਅਤੇ ਉਹਨਾਂ ਨੇ ਆਪਣਾ ਰਿਜ਼ਲਟ ਪਤਾ ਕਰਾਉਣ ਦਾ ਇੱਕ ਤਰੀਕਾ ਆਪਣੇ ਕੋਲ ਆ ਵੀ GCMC ਨੋਟਸ, ਜਿਹਦੇ 'ਚ ਉਹਨਾਂ ਨੇ ਆਪਣੇ GCMC ਨੋਟਸ ਅਪਲਾਈ ਕਰੇ ਜੋ ਕਿ $5 ਵਿੱਚ ਹੁੰਦੇ ਨੇ। ਉਹ ਮੈਂ ਵੀਡੀਓ ਬਣਾਈ ਸੀ ਅਤੇ ਤੁਸੀਂ ਉਹ ਦੇਖ ਸਕਦੇ ਹੋ, ਵੀਡੀਓ ਬੜੀ ਵੀ ਤੁਸੀਂ ਕਿੱਦਾਂ ਆਪਣੇ $5 ਵਿੱਚ ਆਪ ਆਪਣੇ GCMC ਨੋਟਸ ਅਪਲਾਈ ਕਰ ਸਕਦੇ। ਅਤੇ ਉਹ GCMC ਨੋਟਸ ਅਪਲਾਈ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ GCMC ਨੋਟਸ ਆਏ, ਉਹਨਾਂ ਨੇ ਉਹਦੇ ਵਿੱਚ ਦੇਖਿਆ ਤਾਂ ਇੱਕ ਉਹਨਾਂ ਨੂੰ ਲਿਖਿਆ ਹੋਇਆ ਰਿਕਮੈਂਡਡ ਇੰਟਰਵਿਊ। ਹੁਣ ਰਿਕਮੈਂਡਡ ਇੰਟਰਵਿਊ ਤਾਂ ਲਿਖਿਆ, ਬਟ ਫਾਈਲਾਂ ਲੱਗੀਆਂ ਨੂੰ ਇੱਕ ਇੱਕ ਸਾਲ ਤੋਂ ਉੱਪਰ ਹੋ ਚੁੱਕਿਆ, ਹਰ ਕੰਮ ਚੱਲ ਪਿਆ। ਜੋ ਅੰਬੈਸੀ ਅੱਜ ਦੇ ਟਾਈਮ ਦੀ ਗੱਲ ਕਰ ਰਹੇ ਹਾਂ ਵੀ ਅੱਜ ਦੇ ਟਾਈਮ ਦੇ ਵਿੱਚ ਹਰ ਚੀਜ਼ ਚੱਲ ਰਹੀ ਹੈ। ਵੀ ਜਿੱਦਾਂ ਮਤਲਬ ਸਟੂਡੈਂਟ ਵੀਜ਼ਾ ਆ ਰਿਹਾ, ਸਪਾਊਸ ਓਪਨ ਵਰਕ ਪਰਮਿਟ ਵੀਜ਼ਾ ਆ ਰਿਹਾ, PR ਐਪਲੀਕੇਸ਼ਨ ਨੂੰ ਇਨਵੀਟੇਸ਼ਨ ਆ ਰਿਹਾ, ਹਰ ਇੱਕ ਚੀਜ਼ ਨੂੰ ਚੱਲ ਰਹੀ ਹੈ, ਇੱਕ ਲਾਈਨ 'ਤੇ ਚੱਲ ਰਿਹਾ। ਬਟ ਇੱਕ ਸਿਰਫ ਰਿਕਮੈਂਡਡ ਇੰਟਰਵਿਊਜ਼, ਜੇ ਇਹਦੇ ਵਿੱਚ PR ਸਪਾਊਸਲ ਸਪੋਂਸਰਸ਼ਿਪ ਵਾਲੇ ਵੀ ਆ ਜਾਂਦੇ ਨੇ ਅਤੇ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ TRV ਵਾਲੇ ਵੀ ਆ ਜਾਂਦੇ ਨੇ। ਸਿਰਫ ਉਹਨਾਂ ਦੀ ਇੰਟਰਵਿਊ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਨਹੀਂ ਆਈ ਹਲੇ ਤੱਕ। ਸੋ ਜੋ ਮੇਰਾ ਮੰਨਣਾ ਹੈ, ਜੋ ਮੈਨੂੰ ਲੱਗਦਾ ਹੈ ਵੀ ਅਪ੍ਰੈਲ ਦੇ ਲਾਸਟ ਵੀਕ ਜਾਂ ਮਈ ਦੇ ਫਸਟ ਵੀਕ ਤੱਕ ਕੋਈ ਨਾ ਕੋਈ ਆਪਾਂ ਨੂੰ ਗੁੱਡ ਨਿਊਜ਼ ਸੁਣਨ ਨੂੰ ਆਊਗੀ ਵੀ ਆਪਣੀਆਂ ਇੰਟਰਵਿਊਜ਼ ਦੇ ਰਿਗਾਰਡਿੰਗ ਕੋਈ ਨਾ ਕੋਈ ਆਪਾਂ ਨੂੰ ਪਤਾ ਲੱਗੂਗਾ ਵੀ ਇੰਟਰਵਿਊਜ਼ ਹੋਣੀਆਂ ਜਾਂ ਨਹੀਂ ਹੋਣੀਆਂ। ਅਤੇ ਅਗਰ ਜੇ ਹੋਣੀਆਂ ਤਾਂ ਉਹ ਬਾਏ ਫੇਸ ਹੋਣੀਆਂ ਨੇ, ਆਪਣੇ ਸਕਾਈਪ 'ਤੇ ਹੋਣੀਆਂ ਜਾਂ ਕਿੱਦਾਂ ਫੋਨ ਕੋਲਸ 'ਤੇ ਹੋਣੀਆਂ, ਇਸ ਬਾਰੇ ਹਜੇ ਕੁਛ ਕਲੀਅਰ ਨਹੀਂ ਹੋਇਆ ਵੀ। ਸੋ ਕੋਈ ਗੱਲ ਨਹੀਂ, ਤੁਸੀਂ ਇਹਨਾਂ ਗੱਲਾਂ ਦੇ ਚੱਕਰਾਂ 'ਚ ਨਹੀਂ ਪੈਣਾ, ਸਗੋਂ ਹੁਣ ਕੋਈ ਨਾ ਕੋਈ ਅਪਡੇਟ ਜ਼ਰੂਰ ਆਊਗੀ। ਸੋ ਤੁਸੀਂ ਇੱਕ ਆਪਾਂ ਨੂੰ ਇੱਕ ਮੌਕਾ ਮਿਲਿਆ ਇੰਟਰਵਿਊਜ਼ ਵਾਲਿਆਂ ਨੂੰ ਵੀ ਆਪਾਂ ਨੇ ਆਪਣੀ ਤਿਆਰੀ ਕਰਨੀ ਹੈ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ। ਹੁਣ ਵੀਜ਼ਾ ਆਪਣੇ ਹੱਥ 'ਚ ਆ, ਨਾ ਕਿ ਹੁਣ ਕਿਸੇ ਹੋਰ ਆਪਾਂ ਵੀਜ਼ਾ ਅਫਸਰ ਵੱਲ ਦੇਖਣਾ ਵੀ ਉਹ ਰਿਫਿਊਜ਼ਲ ਦਊਗਾ ਜਾਂ ਅਪਰੂਵਲ ਦਊਗਾ। ਹੁਣ ਆਪਣਿਆਂ ਵੀਜ਼ਾ ਆਪਣੇ ਖੁਦ ਦੇ ਹੱਥ 'ਚ ਆ। ਸੋ ਆਪਾਂ ਆਪਣੀ ਤਿਆਰੀ ਕਰੋ ਪੂਰੀ ਪੂਰੀ ਕੱਢ ਕੇ, ਤਾਂ ਜੋ ਆਪਾਂ ਆਪਣੇ ਜੋ ਵੀ ਆਪਣੇ ਡਾਊਟਸ ਨੇ ਵੀਜ਼ਾ ਅਫਸਰ ਦੇ, ਉਹ ਆਪਾਂ ਉਹਨਾਂ ਦੇ ਲਈ ਉਹਨਾਂ ਨੂੰ ਕਲੀਅਰ ਕਰ ਸਕੀਏ ਵੀ ਉਹ ਆਪਾਂ ਨੂੰ ਕੋਈ ਆਪਾਂ ਉਹਨਾਂ ਨੂੰ ਮਜਬੂਰ ਕਰਦੇ ਵੀ ਵੀਜ਼ਾ ਆਪਾਂ ਨੂੰ ਉਹ ਦੇਣ ਹੀ ਦੇਣ, ਕਿਉਂਕਿ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰੱਖਣੀ। ਸੋ ਨੈਕਸਟ ਗੱਲ ਕਰਦੇ ਹਾਂ ਆਪਾਂ ਰਿਜ਼ਲਟ ਦੇ ਸਿਨੈਰੀਓ ਦੀ। ਅੱਜ ਦੇ ਜਿਹੜੇ ਰਿਜ਼ਲਟ ਦੇਖੇ ਜਾ ਰਹੇ ਆ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਦੇ, ਉਹ ਬਹੁਤ ਹੀ ਵਧੀਆ ਆ ਰਹੇ ਨੇ। ਅਤੇ ਜੋ ਰਿਜ਼ਲਟ ਆ ਰਹੇ ਨੇ ਉਹ ਮੋਸਟਲੀ ਟਰੈਵਲ ਆਥੋਰਾਈਜੇਸ਼ਨ ਲੈਟਰ ਅਪਲਾਈ ਕਰਨ ਤੋਂ ਬਾਅਦ ਹੀ ਆ ਰਹੇ ਨੇ, ਅਤੇ ਰਿਜ਼ਲਟ ਜਿਹੜੇ ਆ ਰਹੇ ਨੇ ਉਹ ਪੋਜ਼ਿਟਿਵ ਆ ਰਹੇ। ਸੋ ਜਿਨ੍ਹਾਂ ਨੇ ਟਰੈਵਲ ਆਥੋਰਾਈਜੇਸ਼ਨ ਲੈਟਰ ਨਹੀਂ ਅਪਲਾਈ ਕਰਿਆ, ਮੈਨੂੰ ਜੋ ਲੱਗਦਾ ਅਕੋਰਡਿੰਗ ਟੂ ਮੀ, ਜੋ ਮੈਨੂੰ ਲੱਗ ਰਿਹਾ ਵੀ ਤੁਸੀਂ ਅਪਲਾਈ ਕਰਕੇ ਦੇਖ ਸਕਦੇ ਹੋ ਅਤੇ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ। ਸੋ 14 ਦਿਨ ਦਾ ਟਾਈਮ ਹੁੰਦਾ, 14 ਵਰਕਿੰਗ ਡੇ ਦੇ ਵਿੱਚ, ਅਤੇ ਤੁਸੀਂ ਆਪਣਾ ਰਿਜ਼ਲਟ ਜ਼ਰੂਰ, ਮੇਰੇ ਅਕੋਰਡਿੰਗ ਮੈਨੂੰ ਲੱਗਦਾ ਵੀ ਤੁਹਾਡਾ ਰਿਜ਼ਲਟ ਆ ਸਕਦਾ ਅਗਰ ਤੁਸੀਂ TA ਅਪਲਾਈ ਕਰਦੇ ਹੋ। ਸੋ ਮੈਨੂੰ ਜਿੱਥੇ ਤੱਕ ਲੱਗਦਾ ਵੀ ਰਿਜ਼ਲਟ ਆਉਣਾ ਚਾਹੀਦਾ ਹੈ। ਅਤੇ ਬਾਕੀ ਅਗਰ ਜੇ ਵੀਡੀਓ ਮੇਰੀ ਤੁਹਾਨੂੰ ਇਨਫੋਰਮੇਟਿਵ ਲੱਗੀ ਜਾਂ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਫੋਲੋ ਕਰੋ, ਤਾਂ ਜੋ ਮੈਂ ਅੱਗੇ ਆਉਣ ਵਾਲੇ ਜੋ ਵੀ ਸਿਨੈਰੀਓ ਹੋਣਗੇ ਉਹਨਾਂ ਬਾਰੇ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਸਾਰਾ ਕੁਝ ਕਲੀਅਰ ਦੱਸ ਸਕਾਂ। ਸੋ ਓਕੇ ਜੀ, ਆਪਣਾ ਖਿਆਲ ਰੱਖਣਾ ਸਾਰਿਆਂ ਨੇ, ਟੇਕ ਕੇਅਰ, ਬਾਏ ਬਾਏ।